पंजाब दे विच कणक दा सीजन चल रहा है अते एक पासे जिथे करोना महामारी करके पंजाब दे विच कणक दा सीजन अपने समय नालों देरी नाल शुरू होया पर हुण बेमौसमी बरसात ने किसानां दीआं चिंतावां नूं होर वधा दिता है। लुधियाणा दाणा मंडी दा दौरा किया गया तां किसानां ने अपना दर्द बयान करदे होए दस्सिया कि मंडी विच सरकार वल्लों कोई खास प्रबंध नहीं किए गए। ਸਾਡੇ ਹੈਗੇ 10 ਟਰਾਲੀਆਂ ਦਾ ਮਾਲ ਆ ਜੀ, 5 ਆ ਚੁੱਕੀਆਂ ਨੇ ਤੇ 5 ਜੀ ਫਸਲ ਖੜੀ ਆ ਖੇਤ ਦੇ ਵਿੱਚ। ਹੁਣ ਬਾਰਿਸ਼ ਪੈ ਰਹੀ ਹੈ, ਕੀ ਕਹਿਣਾ ਚਾਹੋਗੇ ਫਸਲ ਮੰਡੀ ਦੇ ਵਿੱਚ? ਦੇਖੋ ਜਿੱਥੇ ਤਾਂ ਹੁਣ ਸੰਸਾਰਕ ਤੌਰ ਤੇ ਆ ਵੀ ਕਰੋਨਾ ਨਾਲ ਸਾਰੇ ਹੈਗਾ ਉਹ ਤਾਂ ਮਾਰ ਪੈ ਰਹੀ ਆ, ਦੂਰੀ ਮਾਰ ਮੌਸਮ ਕੰਨੀ ਹੋਊਗੀ ਤੇ ਬਾਕੀ ਹੁਣ ਖੇਤ ਦੇ ਵਿੱਚ ਫਸਲ ਖੜੀ ਉਹਦਾ ਵੀ ਬਹੁਤ ਨੁਕਸਾਨ ਆ ਜੀ ਤੇ ਆਹ ਸਾਨੂੰ ਡਬਲ ਲੇਬਰ ਪੈ ਜਾਣੀ ਹੈ ਜੀ, ਫਸਲ ਸਾਰੀ ਪੈ ਚੁੱਕੀ ਆ। ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਮੰਡੀਆਂ 'ਚ ਬੰਦੋਬਸਤ ਪੱਕੇ ਕੀਤੇ ਗਏ ਨੇ? ਨਹੀਂ, ਸਰਕਾਰ ਕੰਨੀ ਜੋ ਅੱਗੇ ਸੀਗਾ ਪ੍ਰੋਗਰਾਮ ਉਹੋ ਜਿਹੇ ਹੈਗੇ ਤੇ ਕੋਈ ਖਾਸ ਜਾਣੀ ਅੱਗੇ ਨਾਲ ਡਿਫਰੈਂਸ ਤਾਂ ਲੱਗਦਾ ਨਹੀਂ ਹੈਗਾ ਅਤੇ ਚਲੋ ਜੇ ਉਹ ਕਹਿੰਦਾ ਤਾਂ ਉਹ ਸ਼ੈੱਡ ਦੇਖ ਲਓ ਤੁਸੀਂ, ਛੋਟਾ ਜਿਹਾ ਸ਼ੈੱਡ ਆ ਅਤੇ ਬਾਕੀ ਹਜੇ ਤੱਕ ਸ਼ੈੱਡ ਨਹੀਂ ਉਹਦੇ ਬਣਿਆ ਅਤੇ ਕੋਈ ਜਾਣੀ ਹੈ ਨਹੀਂ ਗਾ। ਬਾਕੀ ਜਿਵੇਂ ਆਪਾਂ ਲਾ ਲਈਏ ਵੀ ਸਾਨੂੰ ਆੜ੍ਹਦੀਆਂ ਕੰਨੀਆਂ ਪੂਰਾ ਸਹਿਜ ਹੋਊਗਾ, ਉਹਨਾਂ ਨੇ ਸਾਨੂੰ ਪੱਲੜ ਵੀ ਦਿੱਤੇ ਨੇ ਅਤੇ ਲੇਬਰ ਦੀ ਵੀ ਕੋਈ ਜਾਣੀ ਐਡੀ ਦਿੱਕਤ ਨਹੀਂ ਆਉਣ ਦਿੱਤੀ ਹਜੇ ਅਤੇ ਬਣੀ ਸਰਕਾਰ ਕੰਨੀ ਤਾਂ ਜਿਉਂ ਦੀ ਤਿਉਂ ਹੀ ਆ, ਹਜੇ ਕੋਈ ਖਾਸ ਨਹੀਂ ਹੈਗਾ ਅਤੇ ਉਹ ਫਸਲ ਕੱਟ ਕੇ ਹੁਣ ਐਡਾ ਪ੍ਰਬੰਧ ਕਿਸੇ ਕੋਲ ਨਹੀਂ ਵੀ ਆਪਾਂ ਘਰੇ ਜਾ ਕੇ ਉਹਨੂੰ ਗਡਾਊਨ 'ਚ ਜਾਂ ਕਿਤੇ ਵੀ ਲਾਹ ਚੁੱਕੇ, ਐਡਾ ਪ੍ਰਬੰਧ ਨਹੀਂ ਹੈਗਾ ਕਿਸੇ ਵੀ ਜ਼ਿਮੀਂਦਾਰ ਕੋਲ ਖਾਸ ਅਤੇ ਉਹਦੇ ਕਰਕੇ ਨੁਕਸਾਨ ਤਾਂ ਹੁਣ ਹੈਗਾ ਹੀ ਹੈ। ਕੀ ਅਪੀਲ ਕਰਨੀ ਚਾਹੋਗੇ ਸਰਕਾਰ? ਅਪੀਲ ਇਹੀ ਆ ਵੀ ਗੌਰਮੈਂਟ ਨੂੰ ਜਿਹੜਾ ਵੀ ਨੁਕਸਾਨ ਹੋਇਆ ਇਹਦਾ ਦੇਖ ਕੇ ਕਿਸਾਨਾਂ ਨੂੰ ਭਰੋਸਾ ਦਿਵਾਉਣ, ਉਹ ਵੀ ਕੋਈ ਨਾ ਕੋਈ ਮੁਆਵਜ਼ਾ ਜਾਂ ਕੁਛ ਨਾ ਕੁਛ ਉਹਨਾਂ ਦੀ ਮਦਦ ਕੀਤੀ ਜਾ ਸਕੇ। ਜੇਕਰ ਗੱਲ ਏਸ਼ੀਆ ਦੀ ਦੂਸਰੇ ਨੰਬਰ ਉੱਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਦੀ ਕੀਤੀ ਜਾਵੇ ਤਾਂ ਬੇਮੌਸਮੀ ਬਰਸਾਤ ਨੇ ਖੁੱਲ੍ਹੇ ਆਸਮਾਨ ਦੇ ਹੇਠਾਂ ਪਈ ਕਿਸਾਨਾਂ ਦੀ ਕਣਕ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ। ਦੂਸਰੇ ਪਾਸੇ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਕਣਕ ਦੀਆਂ ਹਜ਼ਾਰਾਂ ਬੋਰੀਆਂ ਵੀ ਇਸ ਮੀਂਹ ਦੇ ਨਾਲ ਖਰਾਬ ਹੋ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਨੁਕਸਾਨ ਤਾਂ ਜੀ ਲਗਭਗ ਐਂ ਲੈ ਲਓ ਸ਼ੈੱਡ ਨੀਚੇ ਕਿੰਨੀ ਕੁ ਆ ਜੀ, ਬਾ ਲਿਫਟਿੰਗ ਨਹੀਂ ਹੋਈ। ਜੇ ਲਿਫਟਿੰਗ ਹੋਈ ਹੁੰਦੀ ਮੌਸਮ ਜਿਵੇਂ ਖਰਾਬ ਤੀ, ਸ਼ੈੱਡ ਦੇ ਨੀਚੇ ਆ ਜਾਣਾ ਤੀ, ਫਸਲ ਨੇ ਬਚਾਓ ਹੋ ਜਾਂਦਾ ਜੀ। ਹੁਣ ਸ਼ੈੱਡ ਨੀਚੇ ਤਾਂ ਤੁਹਾਡੇ ਸਾਹਮਣੇ ਆ ਜੀ, ਨਿਗਾਹ ਮਾਰ ਲਓ, ਇੱਧਰ ਸਾਰਾ ਬੋਰੀਆਂ ਪਈਆਂ ਨੇ ਭਰੀਆਂ ਹੋਈਆਂ ਜੀ। ਹੁਣ ਮਾਲ ਸਾਰਾ ਅੱਜ ਬਾਹਰ ਗਿਰਿਆ ਜੀ, ਅੰਦਰ ਜਗ੍ਹਾ ਨਾ ਹੋਣ ਕਾਰਨ ਉਹ ਸਾਰਾ ਮਾਲ ਬਚ ਸਕਦਾ ਤੀ ਜੇ ਅੰਦਰੋਂ ਲਿਫਟਿੰਗ ਸਹੀ ਟਾਈਮ 'ਤੇ ਹੋਈ ਹੁੰਦੀ। ਸੁੱਕਾ ਮਾਲ ਆ ਜੀ, ਇਹ ਕਿਹੜਾ ਕੋਈ ਐਂ ਪਹਿਲੀਆਂ ਐਤਕੀ ਲੇਟ ਚੱਲੀ ਆ ਮੰਡੀ 15 ਤਰੀਕ ਤੋਂ, ਤੁਸੀਂ ਦੇਖ ਲਓ ਵੀ ਆਹ ਹੁਣ ਗਿੱਲਾ ਹੋ ਗਿਆ ਜੀ ਮਾਲ ਸਾਰਾ ਹੀ। ਇਹ ਜੇ ਨੀਚੇ ਹੁੰਦਾ ਜੀ ਇਹਦਾ ਬਚਾਓ ਹੋ ਜਾਂਦਾ, ਪ੍ਰਸ਼ਾਸਨ ਦੀ ਉਹ ਆ ਜੀ ਲਿਫਟਿੰਗ ਬਿਲਕੁਲ ਵੀ ਨਹੀਂ ਹੋ ਰਹੀ। ਇੱਕ ਪਾਸੇ ਕੋਰੋਨਾ ਮਹਾਂਮਾਰੀ ਅਤੇ ਦੂਸਰੇ ਪਾਸੇ ਮੌਸਮ ਦੀ ਕਰੋਪੀ ਤੋਂ ਦੁਖੀ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆ ਗਈ ਹੈ, ਜਿਸ ਦੇ ਚੱਲਦਿਆਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਛੇਤੀ ਕੱਟ ਕੇ ਕਿਸਾਨ ਮੰਡੀਆਂ ਤੇ ਘਰਾਂ ਵਿੱਚ ਲਿਆਉਣਾ ਚਾਹੁੰਦਾ ਹੈ। ਪਰ ਤਪਾ ਨੇੜਲੇ ਟੱਲੇਵਾਲ ਇਲਾਕੇ ਦੇ ਪਿੰਡ ਦੀਵਾਹਾਣਾ ਅਤੇ ਨਰਾਇਣਗੜ੍ਹ ਸੋਹੀਆਂ ਵਿਖੇ ਮੌਸਮ ਦੀ ਬੇਰੁਖੀ ਨੇ ਕਿਸਾਨ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ। ਅੱਜ ਬਰਨਾਲਾ ਜ਼ਿਲ੍ਹੇ ਦੇ 23 ਪਿੰਡਾਂ ਦੇ ਵਿੱਚ, ਖਾਸ ਕਰਕੇ ਬਲਾਕ ਮਹਿਲ ਕਲਾਂ ਦੇ ਵਿੱਚ ਦੀਵਾਨੇ ਅਤੇ ਸੂਹੀਆਂ ਗਹਿਲਾਂ, ਆਹ ਸਾਰੀ ਲਗਰ ਆ ਜਿਹੜੀ ਉਹ ਗੜਿਆਂ ਦੀ ਮਾਰ ਹੋਈ ਹੈ, ਜਿਹਦੇ ਵਿੱਚ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਫਸਲ ਆ ਜਿਹੜੀ ਬਿਲਕੁਲ ਤਿਆਰ ਸੀ ਪੱਕ ਕੇ, ਉਹਦਾ ਅੱਜ ਨੁਕਸਾਨ ਹੋਇਆ। ਉਹਦੇ ਨਾਲ ਜਿਹੜਾ ਹਰਾ ਚਾਰਾ ਗਾ ਪਸ਼ੂ ਨੂੰ ਪਾਉਣਾ ਉਹਦਾ ਵੀ ਨੁਕਸਾਨ ਹੋਇਆ ਹੈਗਾ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕਿਸਾਨ ਪਹਿਲਾਂ ਬਹੁਤ ਸੰਕਟ ਦੇ ਵਿੱਚ ਘਿਰਿਆ ਹੈਗਾ, ਆਰਥਿਕ ਪੱਖੋਂ ਕਮਜ਼ੋਰ ਆ, ਤੁਰੰਤ ਸਰਕਾਰ ਗਰਦੌਰੀਆਂ ਕਰਕੇ ਦੋਨਾਂ ਤਿੰਨਾਂ ਪਿੰਡਾਂ ਦੀਆਂ ਤੁਰੰਤ ਸਰਕਾਰ ਮੁਆਵਜ਼ੇ ਦਾ ਐਲਾਨ ਕਰੇ ਅਤੇ ਜਿਹੜੇ ਕਿਸਾਨ ਇਹਦੇ ਵਿੱਚ ਪੀੜਤ ਨੇ ਉਹਨਾਂ ਦੀ ਬਾਂਹ ਫੜੇ।